ਡੀਅਰ ਸਟੂਡੈਂਟਸ ਇਸ ਕੁਐਸਚਨ ਵਿੱਚ ਅਸੀਂ ਅਧਿਐਨ ਕਰਾਂਗੇ ਕਿ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਸ਼ੀਤ ਯੁੱਧ ਦਾ ਜਿਹੜਾ ਤੀਸਰਾ ਕਾਲ ਮੰਨਿਆ ਜਾਂਦਾ ਹੈ 1953 ਤੋਂ ਲੈ ਕੇ 1963 ਤੱਕ ਦਾ ਸਮਾਂ ਇਸ ਸਮੇਂ ਦੇ ਦੌਰਾਨ ਸ਼ੀਤ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਕਿਹੜੀਆਂ ਕਿਹੜੀਆਂ ਮੁੱਖ ਘਟਨਾਵਾਂ ਵਾਪਰੀਆਂ ਜਿਹੜੀਆਂ ਨੂੰ ਸ਼ੀਤ ਯੁੱਧ ਦੇ ਨਾਲ ਸੰਬੰਧਿਤ ਮੰਨਿਆ ਜਾ ਸਕਦਾ ਹੈ ਜਿਨ੍ਹਾਂ ਨੇ ਸ਼ੀਤ ਯੁੱਧ ਨੂੰ ਤੇਜ਼ ਕਰਨ ਦੇ ਵਿੱਚ ਜਾਂ ਸ਼ੀਤ ਯੁੱਧ ਨੂੰ ਸ਼ਾਂਤ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਸ਼ੀਤ ਯੁੱਧ ਦਾ ਜਿਹੜਾ ਇਹ ਸਮਾਂ ਹੈ 1953 ਤੋਂ ਲੈ ਕੇ 1963 ਤੱਕ ਦਾ ਇਸ ਨੂੰ ਆਈਜ਼ਨਹਾਵਰ ਖੁਰਸ਼ਚੇਵ ਕਾਲ ਵੀ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਇਸ ਸਮੇਂ ਦੇ ਦੌਰਾਨ ਜਿਹੜੀਆਂ ਦੋ ਮਹਾਂਸ਼ਕਤੀਆਂ ਸੀ ਸੰਯੁਕਤ ਰਾਜ ਅਮਰੀਕਾ ਅਤੇ ਸੋਵੀਅਤ ਸੰਘ ਇਹਨਾਂ ਦੋਵਾਂ ਮਹਾਂਸ਼ਕਤੀਆਂ ਦੀ ਵਾਗਡੋਰ ਇਹਨਾਂ ਨਾਵਾਂ ਦੇ ਨੇਤਾਵਾਂ ਵਾਲੇ ਵਿਅਕਤੀਆਂ ਦੇ ਹੱਥਾਂ ਵਿੱਚ ਰਹੀ 1953 ਤੋਂ ਲੈ ਕੇ 1961 ਤੱਕ ਅਮਰੀਕਾ ਦੇ ਰਾਸ਼ਟਰਪਤੀ ਡਵਾਈਟ ਡੀ ਆਈਜ਼ਨਹਾਵਰ ਬਣੇ ਰਹੇ ਅਤੇ ਇਸੇ ਤਰ੍ਹਾਂ ਸੋਵੀਅਤ ਸੰਘ ਦੀ ਜਿਹੜੀ ਡਿਸੀਜਨ ਮੇਕਿੰਗ ਪਾਵਰ ਹੈ ਉਹ ਨਿਕਿਤਾ ਖਰੂਸ਼ਚੇਵ ਦੇ ਹੱਥਾਂ ਦੇ ਵਿੱਚ ਰਹੀ 1953 ਤੋਂ ਲੈ ਕੇ 1964 ਤੱਕ ਫਸਟ ਸੈਕਟਰੀ ਆਫ ਕਮਿਊਨਿਸਟ ਪਾਰਟੀ ਆਫ ਸੋਵੀਅਤ ਯੂਨੀਅਨ ਦੇ ਤੌਰ 'ਤੇ ਅਤੇ ਕੁਛ ਸਮਾਂ ਸੋਵੀਅਤ ਯੂਨੀਅਨ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਇਸ ਸਮੇਂ ਦੌਰਾਨ ਕਈ ਨਵੇਂ ਸੈਨਿਕ ਗਠਬੰਧਨ ਹੋਂਦ ਵਿੱਚ ਆਏ ਪਹਿਲਾ ਸੈਨਿਕ ਗਠਬੰਧਨ ਤਾਂ 1949 ਵਿੱਚ ਹੋਂਦ 'ਚ ਆ ਗਿਆ ਸੀ ਨਾਟੋ ਨੌਰਥ ਅਟਲਾਂਟਿਕ ਟ੍ਰੀਟੀ ਔਰਗਨਾਈਜੇਸ਼ਨ ਜਿਹੜਾ ਅਮਰੀਕਾ ਦੀ ਅਗਵਾਈ ਵਿੱਚ ਬਣਿਆ ਸੀ ਅਮਰੀਕਾ ਦੀ ਅਗਵਾਈ ਦੇ ਵਿੱਚ ਦੋ ਹੋਰ ਸੈਨਿਕ ਸੰਗਠਨ ਇਸ ਸਮੇਂ ਦੇ ਦੌਰਾਨ ਬਣੇ ਇੱਕ ਸੈਨਿਕ ਸੰਗਠਨ ਬਣਿਆ ਸੀਟੋ ਸਾਊਥ ਈਸਟ ਏਸ਼ੀਅਨ ਟ੍ਰੀਟੀ ਔਰਗਨਾਈਜੇਸ਼ਨ ਮੱਧ ਦੱਖਣ ਪੂਰਬ ਏਸ਼ੀਆ ਸੰਧੀ ਸੰਗਠਨ ਅਤੇ ਇੱਕ ਦੂਸਰਾ ਸੰਗਠਨ ਬਣਿਆ ਮਿਡਲ ਈਸਟ ਡਿਫੈਂਸ ਔਰਗਨਾਈਜੇਸ਼ਨ ਜਾਂ ਮਿਡੋ ਇਹ ਮਿਡਲ ਈਸਟ ਦੇ ਜਿਹੜੇ ਕੰਟਰੀ ਸੀ ਉਹਨਾਂ ਦੀ ਡਿਫੈਂਸ ਔਰਗਨਾਈਜੇਸ਼ਨ ਸੀ ਜਿਹੜੀ ਸੀਟੋ ਸੀ ਇਹ ਦੱਖਣ ਪੂਰਬੀ ਏਸ਼ੀਆ ਦੇ ਰਾਜਾਂ ਅਤੇ ਜਾਂ ਜਿਹੜੇ ਰਾਜ ਬੇਸ਼ੱਕ ਦੱਖਣ ਪੂਰਬੀ ਏਸ਼ੀਆ ਨਾਲ ਸੰਬੰਧਿਤ ਨਹੀਂ ਸੀ ਪਰੰਤੂ ਉਹਨਾਂ ਦੀਆਂ ਕੁਛ ਕਲੋਨੀਸ ਜਾਂ ਉਹਨਾਂ ਦੇ ਕੁਛ ਖੇਤਰ ਨੇ ਜਿਹੜੇ ਇਸ ਏਰੀਏ ਦੇ ਵਿੱਚ ਪੈਂਦੇ ਸੀ ਉਹ ਰਾਜ ਨੇ ਜਿਹੜੇ ਸੀਟੋ ਦੇ ਮੈਂਬਰ ਬਣੇ ਸੀ ਇਹ ਜਿਹੜੇ ਸੈਨਿਕ ਸੰਗਠਨ ਨੇ ਸੀਟੋ ਅਤੇ ਮਿਡੋ ਇਹ ਪੱਛਮੀ ਗਰੁੱਪ ਦੇ ਧੜੇ ਨਾਲ ਸੰਬੰਧਿਤ ਸੀ ਭਾਵ ਇਹ ਅਮਰੀਕਾ ਦੀ ਅਗਵਾਈ ਵਿੱਚ ਅਮਰੀਕਾ ਦੀ ਸ਼ਹਿ 'ਤੇ ਬਣਾਏ ਗਏ ਸੈਨਿਕ ਸੰਗਠਨ ਸੀ ਇਹਨਾਂ ਸੈਨਿਕ ਸੰਗਠਨਾਂ ਦੇ ਜਵਾਬ ਦੇ ਵਿੱਚ ਫਿਰ ਸੋਵੀਅਤ ਸੰਘ ਨੇ 4 ਮਈ 1955 ਨੂੰ ਵਾਰਸਾਪ ਐਕਟ ਦਾ ਗਠਨ ਕੀਤਾ ਵਾਰਸਾਪ ਐਕਟ ਦੇ ਵਿੱਚ ਸਾਰੇ ਜਿਹੜੇ ਕਮਿਊਨਿਸਟ ਕੰਟਰੀਜ਼ ਨੇ ਉਹ ਸ਼ਾਮਿਲ ਸੀ ਇਸ ਤਰ੍ਹਾਂ ਇਸ ਸਮੇਂ ਦੇ ਦੌਰਾਨ ਜਿਹੜਾ ਸੈਨਿਕ ਗਠਬੰਧਨਾਂ ਦਾ ਦੌਰ ਸ਼ੁਰੂ ਹੋਇਆ ਸੀ 1949 ਦੇ ਵਿੱਚ ਉਹ ਹੋਰ ਪ੍ਰਚੰਡ ਹੋ ਗਿਆ ਦੂਸਰਾ ਇਸ ਸਮੇਂ ਦੇ ਦੌਰਾਨ ਜੋ ਮੁੱਖ ਘਟਨਾ ਕਹੀ ਜਾ ਸਕਦੀ ਹੈ ਉਹ ਸ਼ਾਂਤੀ ਦੀਆਂ ਕੋਸ਼ਿਸ਼ਾਂ ਹੋਈਆਂ ਪਰੰਤੂ ਉਹ ਸਫਲ ਨਹੀਂ ਹੋ ਸਕੀਆਂ ਅਸਫਲ ਹੋਈਆਂ ਹਥਿਆਰਾਂ ਦੀ ਅੰਨ੍ਹੀ ਦੌੜ ਨੂੰ ਨਿਯੰਤਰਿਤ ਕਰਨ ਲਈ ਨਿਸ਼ਸਤਰੀਕਰਨ ਸੰਬੰਧੀ ਵਿਚਾਰ ਚਰਚਾਵਾਂ ਹੋਈਆਂ ਬੈਠਕਾਂ ਹੋਈਆਂ ਪਰੰਤੂ ਕਿਸੇ ਸਿਰੇ ਪੱਤਣ ਨਹੀਂ ਲੱਗ ਸਕੀਆਂ ਸਤੰਬਰ 1953 ਦੇ ਵਿੱਚ ਪੱਛਮੀ ਗੁੱਟ ਨੇ ਸੋਵੀਅਤ ਸੰਘ ਨੂੰ ਸੁਨੇਹਾ ਭੇਜਿਆ ਕਿ ਆਪਾਂ ਇੱਕ ਦੂਸਰੇ 'ਤੇ ਹਮਲਾ ਨਾ ਕਰਨ ਦੀ ਸੰਧੀ ਕਰਦੇ ਹਾਂ ਪਰੰਤੂ ਸੋਵੀਅਤ ਸੰਘ ਨੇ ਇਸ ਨੂੰ ਨਕਾਰ ਦਿੱਤਾ ਫਿਰ ਸੋਵੀਅਤ ਸੰਘ ਨੇ ਨਾਟੋ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਕੋਸ਼ਿਸ਼ ਕੀਤੀ ਪਰੰਤੂ ਨਾਟੋ ਤਾਂ ਅਸਲ ਦੇ ਵਿੱਚ ਕਿਉਂਕਿ ਬਣਿਆ ਹੀ ਸੋਵੀਅਤ ਸੰਘ ਨੂੰ ਕੰਟੇਨ ਕਰਨ ਲਈ ਸੀ ਕਮਿਊਨਿਜ਼ਮ ਨੂੰ ਕੰਟੇਨ ਕਰਨ ਲਈ ਸੀ ਇਸ ਲਈ ਪੱਛਮੀ ਰਾਜਾਂ ਨੇ ਸੋਵੀਅਤ ਸੰਘ ਦੀ ਇਸ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਸੋਵੀਅਤ ਸੰਘ ਨੂੰ ਨਾਟੋ ਵਿੱਚ ਸ਼ਾਮਲ ਨਹੀਂ ਕੀਤਾ ਤੀਸਰੀ ਮੁੱਖ ਘਟਨਾ ਇਸ ਸਮੇਂ ਦੀ ਕਹੀ ਜਾ ਸਕਦੀ ਹੈ ਹਿੰਦ ਚੀਨ ਖੇਤਰ ਦੇ ਵਿੱਚ ਖਾਨਾ ਜੰਗੀ ਹਿੰਦ ਚੀਨ ਹੈ ਜਿਹੜਾ ਇਹ ਨਕਸ਼ੇ 'ਤੇ ਇਹ ਖੇਤਰ ਜਿਹੜੇ ਅਸੀਂ ਅੰਡਰਲਾਈਨ ਕੀਤੇ ਨੇ ਬਰਮਾ ਥਾਈਲੈਂਡ ਲਾਓਸ ਵੀਤਨਾਮ ਕੰਬੋਡੀਆ ਵਗੈਰਾ ਇਸ ਖੇਤਰ ਨੂੰ ਕਿਹਾ ਜਾਂਦਾ ਹੈ ਹਿੰਦ ਚੀਨ ਇਸ ਖੇਤਰ ਦੇ ਵਿੱਚ ਕਈ ਰਾਜਾਂ ਦੇ ਵਿੱਚ ਖਾਨਾ ਜੰਗੀ ਸ਼ੁਰੂ ਹੋਈ ਇਸ ਸਮੇਂ ਦੇ ਦੌਰਾਨ ਇਸ ਖੇਤਰ ਦੇ ਵਿੱਚ ਹੋ ਚੀ ਮਿਨ ਅਤੇ ਫਰਾਂਸ ਦੀਆਂ ਸੈਨਾਵਾਂ ਵਿਚਕਾਰ ਯੁੱਧ ਚੱਲ ਰਿਹਾ ਸੀ ਇਸ ਯੁੱਧ ਨੂੰ ਰੋਕਣ ਲਈ ਜਨੇਵਾ ਸਮਝੌਤਾ ਹੋਇਆ ਇਸ ਸਮਝੌਤੇ ਅਧੀਨ ਵੀਅਤਨਾਮ ਦੀ ਵੰਡ ਦੋ ਰਾਜਾਂ ਵਿੱਚ ਹੋ ਗਈ ਉੱਤਰੀ ਵੀਅਤਨਾਮ ਅਤੇ ਦੱਖਣੀ ਵੀਅਤਨਾਮ ਜਿਹੜਾ ਦੱਖਣੀ ਵੀਅਤਨਾਮ ਹੈ ਇਹ ਇੱਕ ਡੈਮੋਕ੍ਰੇਟਿਕ ਕੰਟਰੀ ਸੀ ਅਤੇ ਜਿਹੜਾ ਉੱਤਰੀ ਵੀਅਤਨਾਮ ਹੈ ਇਹ ਇੱਕ ਕਮਿਊਨਿਸਟ ਕੰਟਰੀ ਬਣ ਗਿਆ ਉੱਤਰੀ ਵੀਅਤਨਾਮ ਦੇ ਜਿਹੜੇ ਸਾਮਵਾਦੀ ਗੁਰੀਲੇ ਸੀ ਉਹਨਾਂ ਨੇ ਦੱਖਣੀ ਵੀਅਤਨਾਮ ਦੀ ਫੌਜ ਨਾਲ ਯੁੱਧ ਸ਼ੁਰੂ ਕਰ ਦਿੱਤਾ ਇਹ ਜਿਹੜਾ ਅੰਦਰੂਨੀ ਯੁੱਧ ਸੀ ਉੱਤਰੀ ਵੀਅਤਨਾਮ ਦਾ ਦੱਖਣੀ ਵੀਅਤਨਾਮ ਨਾਲ ਯੁੱਧ ਸੀ ਇਸ ਯੁੱਧ ਦੇ ਵਿੱਚ ਦੋਹੇ ਮਹਾਂਸ਼ਕਤੀਆਂ ਕੁੱਦ ਪਈਆਂ ਜਿਸ ਨਾਲ ਇਹ ਜਿਹੜਾ ਉੱਤਰੀ ਵੀਅਤਨਾਮ ਦਾ ਦੱਖਣੀ ਵੀਅਤਨਾਮ ਨਾਲ ਯੁੱਧ ਸੀ ਇੱਕ ਤਰ੍ਹਾਂ ਨਾਲ ਇਹ ਸ਼ੀਤ ਯੁੱਧ ਦਾ ਭਖਦਾ ਹੋਇਆ ਸੈਂਟਰ ਬਣ ਗਿਆ ਦੱਖਣੀ ਵੀਅਤਨਾਮ ਦੀ ਸਹਾਇਤਾ ਅਮਰੀਕਾ ਕਰਨ ਲੱਗਿਆ ਕਿਉਂਕਿ ਅਮਰੀਕਾ ਨੂੰ ਡਰ ਸੀ ਕਿ ਜੇ ਉੱਤਰੀ ਵੀਅਤਨਾਮ ਦੇ ਸਾਮਵਾਦੀ ਗੁਰੀਲੇ ਇਸ ਖੇਤਰ ਦੇ ਵਿੱਚ ਜਿੱਤ ਪ੍ਰਾਪਤ ਕਰ ਲੈਂਦੇ ਹਨ ਤਾਂ ਇਹ ਸਮੁੱਚਾ ਖੇਤਰ ਹੈ ਜੋ ਇਹ ਸਾਮਵਾਦ ਦੇ ਪ੍ਰਭਾਵ ਵਿੱਚ ਆ ਜਾਵੇਗਾ ਇਸ ਲਈ
ਅਮਰੀਕਾ ਨੇ ਆਪਣੀ ਪੂਰੀ ਸ਼ਕਤੀ ਦੀ ਵਰਤੋਂ ਕੀਤੀ, ਬਹੁਤ ਹੀ ਜ਼ਿਆਦਾ ਬੰਬਾਰੀ ਵੀ ਕੀਤੀ, ਉੱਤਰੀ ਵੀਅਤਨਾਮ ਦੇ ਖਿਲਾਫ ਆਪਣੀ ਸੈਨਾ ਦੀ ਵਰਤੋਂ ਵੀ ਕੀਤੀ, ਆਪਣੇ ਸਾਧਨਾਂ ਦੀ ਵਰਤੋਂ ਵੀ ਕੀਤੀ, ਪਰੰਤੂ ਅਮਰੀਕਾ ਇੱਥੇ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਦੂਜੇ ਪਾਸੇ ਜਿਹੜਾ ਉੱਤਰੀ ਵੀਅਤਨਾਮ ਹੈ ਉਸ ਦੀ ਸਪੋਰਟ ਹੈ ਜਿਹੜੀ ਉਹ ਕਮਿਊਨਿਸਟ ਕੰਟਰੀ USSR ਅਤੇ ਚਾਈਨਾ ਕਰ ਰਹੇ ਸੀ। ਚੌਥੀ ਮੁੱਖ ਘਟਨਾ ਇਸ ਸਮੇਂ ਦੀ ਕਹੀ ਜਾ ਸਕਦੀ ਹੈ ਹੰਗਰੀ ਵਿੱਚ ਸੋਵੀਅਤ ਦਖਲ ਅੰਦਾਜ਼ੀ। ਹੰਗਰੀ ਨਾਮ ਦਾ ਜਿਹੜਾ ਕੰਟਰੀ ਹੈ ਇਹ ਪੂਰਬੀ ਯੂਰਪ ਦੇ ਵਿੱਚ ਪੈਂਦਾ ਹੈ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸੋਵੀਅਤ ਸੰਘ ਨੇ ਕੋਸ਼ਿਸ਼ ਕੀਤੀ ਕਿ ਪੂਰਬੀ ਯੂਰਪ ਦੇ ਵਿੱਚ ਆਪਣੀ ਵਿਚਾਰਧਾਰਾ ਦਾ ਪਸਾਰ ਕੀਤਾ ਜਾਵੇ, ਇਸ ਪੂਰੇ ਪੂਰਬੀ ਯੂਰਪ ਨੂੰ ਆਪਣੇ ਪ੍ਰਭਾਵ ਦੇ ਵਿੱਚ ਰੱਖਿਆ ਜਾਵੇ। ਇਸ ਲਈ ਇਹਨਾਂ ਰਾਜਾਂ ਦੇ ਵਿੱਚ USSR ਨੇ ਕਈ ਨੀਤੀਆਂ ਅਪਣਾਈਆਂ, ਇਹਨਾਂ ਦੇ ਵਿੱਚ ਘਰੇਲੂ ਯੁੱਧ ਸ਼ੁਰੂ ਕਰਵਾਏ, ਖਾਨਾ ਜੰਗੀ ਸ਼ੁਰੂ ਕਰਵਾਈ, ਕਈ ਥਾਵਾਂ 'ਤੇ ਇੱਥੇ ਸਾਮਵਾਦੀ ਗੁਰੇਲਿਆਂ ਦੇ ਰੂਪ ਦੇ ਵਿੱਚ ਇਹਨਾਂ ਰਾਜਾਂ ਦੇ ਵਿੱਚ ਜੰਗਾਂ ਕਰਵਾਉਣੀਆਂ ਸ਼ੁਰੂ ਕੀਤੀਆਂ ਅਤੇ ਕਈ ਰਾਜਾਂ ਦੇ ਵਿੱਚ ਆਪਣੀਆਂ ਕਠਪੁਤਲੀ ਸਰਕਾਰਾਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਕਿ ਇਹਨਾਂ ਸਾਰੇ ਰਾਜਾਂ ਦੇ ਨੀਤੀ ਨਿਰਮਾਣ 'ਤੇ ਆਪਣਾ ਪੂਰੀ ਤਰ੍ਹਾਂ ਕੰਟਰੋਲ ਰੱਖਿਆ ਜਾ ਸਕੇ। ਸੋ ਜਿਹੜਾ ਹੰਗਰੀ ਨਾਂ ਦਾ ਕੰਟਰੀ ਹੈ ਇਹ ਵੀ ਸੋਵੀਅਤ ਸੰਘ ਦੇ ਨਜ਼ਦੀਕ ਹੀ ਨਾਲ ਹੀ ਲੱਗਦਾ ਸੀ। ਇਸ ਦੇ ਵਿੱਚ 1956 ਦੇ ਵਿੱਚ ਸੋਵੀਅਤ ਸੰਘ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕੀਤੀ, ਆਪਣੀਆਂ ਫੋਰਸਿਸ ਹੰਗਰੀ ਦੇ ਵਿੱਚ ਭੇਜੀਆਂ। ਜਿਹੜੀ ਇਹ ਦਖਲਅੰਦਾਜ਼ੀ ਸੀ ਹੰਗਰੀ ਦੇ ਵਿੱਚ ਸੋਵੀਅਤ ਸੰਘ ਦੀ, ਇਸ ਦਾ ਪੱਛਮੀ ਸ਼ਕਤੀਆਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਕਿਉਂਕਿ ਇੱਕ ਤਾਂ ਇਹ ਹੰਗਰੀ ਹੈ ਜਿਹੜਾ ਇਹ ਯੂਰਪ ਦੀ ਇੱਕ ਸਟੇਟ ਸੀ, ਇਸ ਕਰਕੇ ਵੀ ਕਿਉਂਕਿ ਯੂਰਪ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਕੁਛ ਆਪਸ ਦੇ ਵਿੱਚ ਸਾਂਝਾਂ ਨੇ, ਧਰਮ ਦੀ ਸਾਂਝ ਹੈ, ਕਲਚਰ ਦੀ ਸਾਂਝ ਹੈ, ਉਹਨਾਂ ਦੇ ਵਿੱਚ ਰੇਸ਼ੀਅਲ ਸਾਂਝ ਹੈ। ਇਸ ਲਈ ਪੂਰਬੀ ਯੂਰਪ ਦੇ ਕਿਸੇ ਰਾਜ ਦੇ ਵਿੱਚ ਜਿਹੜੀ ਧੱਕੇ ਨਾਲ ਦਖਲ ਅੰਦਾਜ਼ੀ ਸੀ ਸੋਵੀਅਤ ਸੰਘ ਦੀ, ਉਸ ਦਾ ਪੱਛਮੀ ਰਾਜਾਂ ਨੇ ਬਹੁਤ ਵਿਰੋਧ ਕੀਤਾ ਅਤੇ ਸ਼ੀਤ ਯੁੱਧ ਇਹਨਾਂ ਕਾਰਨਾਂ ਕਰਕੇ ਹੋਰ ਭਖਦਾ ਗਿਆ। ਪੰਜਵਾਂ ਮੁੱਖ ਇਸ ਸਮੇਂ ਦੀ ਘਟਨਾ ਰਹੀ ਹੈ ਸੇਜ਼ ਕਨਾਲ ਸੰਕਟ। ਸੇਜ਼ ਕਨਾਲ ਸੰਕਟ 1956 ਦੇ ਵਿੱਚ ਪੈਦਾ ਹੋਇਆ। ਸੇਜ਼ ਕਨਾਲ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਅਸੀਂ। ਸੇਜ਼ ਕਨਾਲ ਇਸ ਥਾਂ 'ਤੇ ਬਣੀ ਹੋਈ ਹੈ ਜਿਹੜਾ ਇਹ ਥੋੜ੍ਹਾ ਜਿਹਾ ਦੋ ਸਮੁੰਦਰਾਂ ਦੇ ਵਿਚਕਾਰ ਖਾਲੀ ਥਾਂ ਦਿਖਾਈ ਦੇ ਰਿਹਾ ਹੈ, ਇੱਥੇ ਸੇਜ਼ ਕਨਾਲ ਬਣੀ ਹੋਈ ਹੈ। ਸੇਜ਼ ਕਨਾਲ ਇਜਿਪਟ ਦੇ ਵਿੱਚ ਮਿਸਰ ਦੇ ਵਿੱਚ ਬਣੀ ਹੋਈ ਹੈ, ਪਰੰਤੂ ਇਸ ਦਾ ਨਿਰਮਾਣ ਫਰਾਂਸ ਅਤੇ ਬ੍ਰਿਟੇਨ ਦੀਆਂ ਕੰਪਨੀਆਂ ਨੇ ਮਿਲ ਕੇ ਕਰਵਾਇਆ ਸੀ ਅਤੇ ਉਹੀ ਇਸ ਨੂੰ ਓਪਰੇਟ ਕਰ ਰਹੀਆਂ ਸੀ। ਜਦੋਂ ਮਿਸਰ ਨੇ ਇਸ ਨਹਿਰ ਦਾ ਰਾਸ਼ਟਰੀਕਰਨ ਕੀਤਾ ਅਤੇ ਜਿਹੜੇ ਲੋਕਾਂ ਦੇ ਪੈਸੇ ਲੱਗੇ ਹੋਏ ਸੀ ਸ਼ੇਅਰ ਹੋਲਡਰਾਂ ਨੂੰ ਵਾਅਦਾ ਕੀਤਾ ਕਿ ਇਹ ਸੇਜ਼ ਕਨਾਲ 'ਤੇ ਕੰਟਰੋਲ ਹੁਣ ਸਾਡੀ ਸਰਕਾਰ ਦਾ ਹੋਵੇਗਾ, ਪਰੰਤੂ ਤੁਹਾਡੀ ਜਿਹੜੀ ਸ਼ੇਅਰਾਂ ਦੇ ਪੈਸੇ ਨੇ ਉਹ ਤੁਹਾਨੂੰ ਵਾਪਸ ਕੀਤੇ ਜਾਣਗੇ। ਇਸ ਫੈਸਲੇ ਨੂੰ ਫਰਾਂਸ ਅਤੇ ਬ੍ਰਿਟੇਨ ਨੇ ਸਵੀਕਾਰ ਨਹੀਂ ਕੀਤਾ। ਇਹਨਾਂ ਨੇ ਇਜ਼ਰਾਈਲ ਨੂੰ ਜਿਹੜਾ ਕਿ ਇਸ ਦੇ ਨਾਲ ਲੱਗਦਾ ਹੈ ਮਿਸਰ ਦੇ, ਇਸ ਨੂੰ ਨਾਲ ਰਲਾਇਆ ਅਤੇ ਮਿਸਰ 'ਤੇ ਹਮਲਾ ਕਰ ਦਿੱਤਾ। ਇਹ ਪਹਿਲੀ ਵਾਰੀ ਹੋਇਆ ਸ਼ੀਤ ਯੁੱਧ ਦੇ ਦੌਰਾਨ ਕਿ ਪੱਛਮੀ ਰਾਜਾਂ ਨੇ ਕਿਸੇ ਰਾਜ 'ਤੇ ਹਮਲਾ ਕੀਤਾ ਹੈ, ਸੈਨਿਕ ਕਾਰਵਾਈ ਕੀਤੀ ਹੈ ਅਤੇ ਅਮਰੀਕਾ ਨੇ ਇਸ ਦਾ ਵਿਰੋਧ ਕੀਤਾ ਹੈ। ਅਮਰੀਕਾ ਨੇ ਇਸ ਨੂੰ ਪਸੰਦ ਨਹੀਂ ਕੀਤਾ ਕਿਉਂਕਿ ਅਮਰੀਕਾ ਨੂੰ ਡਰ ਸੀ ਕਿ ਜੇ ਇਸ ਖੇਤਰ ਦੇ ਵਿੱਚ ਮੱਧ ਪੂਰਬ ਦੇ ਵਿੱਚ ਪੱਛਮੀ ਰਾਜ ਇਸ ਤਰ੍ਹਾਂ ਹਮਲੇ ਕਰਨਗੇ ਤਾਂ ਇਹ ਜਿਹੜਾ ਇਲਾਕਾ ਹੈ ਇਹ ਸਾਮਵਾਦ ਦੇ ਪ੍ਰਭਾਵ ਥੱਲੇ ਜਾ ਸਕਦਾ ਹੈ। ਅਤੇ ਦੂਸਰੇ ਪਾਸੇ ਜਿਹੜਾ ਸੋਵੀਅਤ ਸੰਘ ਹੈ ਉਸ ਨੇ ਵੀ ਧਮਕੀ ਦਿੱਤੀ ਕਿ ਜੇ ਹਮਲੇ ਬੰਦ ਨਾ ਕੀਤੇ ਗਏ ਤਾਂ ਉਹ ਆਪਣੀ ਐਟਮੀ ਬੰਬਾਂ ਦੀ ਸ਼ਕਤੀ ਵੀ ਪੱਛਮੀ ਰਾਜਾਂ ਦੇ ਖਿਲਾਫ ਵਰਤ ਸਕਦਾ ਹੈ, ਉਸ ਤੋਂ ਵੀ ਨਹੀਂ ਝਿਜਕੇਗਾ। ਇਸ ਤਰ੍ਹਾਂ ਜਦੋਂ ਦੋਵੇਂ ਮਹਾਂਸ਼ਕਤੀਆਂ ਜਿਹੜੀਆਂ ਕਿ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਸ਼ੀਤ ਯੁੱਧ ਜਦੋਂ ਤੋਂ ਸ਼ੁਰੂ ਹੋਇਆ ਸੀ ਅਮਰੀਕਾ ਅਤੇ ਸੋਵੀਅਤ ਸੰਘ, ਜਦੋਂ ਦੋਵੇਂ ਮਹਾਂਸ਼ਕਤੀਆਂ ਇਸ ਯੁੱਧ ਦੇ ਵਿੱਚ ਫਰਾਂਸ, ਬ੍ਰਿਟੇਨ ਅਤੇ ਇਜ਼ਰਾਈਲ ਦੇ ਅਗੇਂਸਟ ਹੋ ਗਈਆਂ ਤਾਂ ਇਹਨਾਂ ਰਾਜਾਂ ਨੂੰ ਉੱਥੋਂ ਆਪਣੀਆਂ ਸੈਨਾਵਾਂ ਹਟਾਉਣੀਆਂ ਪਈਆਂ। ਛੇਵੀਂ ਮੁੱਖ ਘਟਨਾ ਇਸ ਸਮੇਂ ਦੀ ਕਹੀ ਜਾ ਸਕਦੀ ਹੈ ਅਮਰੀਕਾ ਦੁਆਰਾ ਆਈਜ਼ਨਹਾਵਰ ਸਿਧਾਂਤ ਦੇਣਾ। ਅਮਰੀਕਾ ਦੇ ਰਾਸ਼ਟਰਪਤੀ ਆਈਜ਼ਨਹਾਵਰ ਨੇ 5 ਜਨਵਰੀ 1957 ਨੂੰ ਅਮਰੀਕਨ ਕਾਂਗਰਸ ਨੂੰ ਇੱਕ ਸੰਦੇਸ਼ ਭੇਜਿਆ। ਇਸ ਸੰਦੇਸ਼ ਦੇ ਵਿੱਚ ਇਸ ਨਵੀਂ ਨੀਤੀ ਦਾ, ਇਸ ਨਵੇਂ ਸਿਧਾਂਤ ਦਾ ਪ੍ਰਤੀਪਾਦਨ ਕੀਤਾ ਗਿਆ, ਸ਼ੁਰੂਆਤ ਕੀਤੀ ਗਈ, ਜਿਸ ਨੂੰ ਰਾਸ਼ਟਰਪਤੀ ਦੇ ਨਾਮ ਨਾਲ ਆਈਜ਼ਨਹਾਵਰ ਸਿਧਾਂਤ ਕਿਹਾ ਜਾਂਦਾ ਹੈ। ਇਸ ਸਿਧਾਂਤ ਅਧੀਨ ਮੱਧ ਪੂਰਬ ਖੇਤਰ ਦਾ ਕੋਈ ਵੀ ਰਾਜ, ਮੱਧ ਪੂਰਬ ਇਸ ਖੇਤਰ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਮਿਸਰ, ਇਜ਼ਰਾਈਲ ਵਗੈਰਾ ਕੰਟਰੀਜ਼ ਆਉਂਦੇ ਨੇ, ਅਰਬੀਅਨ ਕੰਟਰੀਜ਼ ਵੀ ਆਉਂਦੇ ਨੇ, ਜਿਸ ਵਿੱਚ ਕੁਛ ਹਿੱਸਾ ਅਫਰੀਕਨ ਮਹਾਂਦੀਪ ਦਾ, ਕੁਛ ਹਿੱਸਾ ਏਸ਼ੀਅਨ ਮਹਾਂਦੀਪ ਦਾ ਅਤੇ ਕੁਛ ਹਿੱਸਾ ਯੂਰਪ ਦਾ ਵੀ ਆਉਂਦਾ ਹੈ। ਇਹ ਤਿੰਨਾਂ ਮਹਾਂਦੀਪਾਂ ਦਾ ਜਿਹੜਾ ਸਾਂਝਾ ਕੁਛ ਵਿਚਕਾਰ ਦਾ ਖੇਤਰ ਹੈ, ਵਿਚਕਾਰ ਦੇ ਰਾਜ ਨੇ, ਉਸ ਨੂੰ ਮੱਧ ਪੂਰਬ ਕਿਹਾ ਜਾਂਦਾ ਹੈ। ਆਈਜ਼ਨਹਾਵਰ ਸਿਧਾਂਤ ਕਹਿੰਦਾ ਹੈ ਕਿ ਇਹਨਾਂ ਰਾਜਾਂ ਦੇ ਵਿੱਚੋਂ ਜੇ ਕਿਸੇ ਰਾਜ ਦੇ ਨੂੰ ਵੀ ਕੋਈ ਖਤਰਾ ਪੈਦਾ ਹੁੰਦਾ ਹੈ, ਹਥਿਆਰਬੰਦ ਯੁੱਧ ਤੋਂ, ਹਥਿਆਰਬੰਦ ਹਮਲੇ ਤੋਂ ਖਤਰਾ ਪੈਦਾ ਹੁੰਦਾ ਹੈ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਰਾਜ USA ਤੋਂ ਸਪੋਰਟ ਮੰਗ ਸਕਦਾ ਹੈ ਅਤੇ USA ਵਚਨਬੱਧ ਹੋਵੇਗਾ ਅਜਿਹੇ ਰਾਜ ਦੀ ਸਪੋਰਟ ਕਰਨ ਲਈ।
ਇਸ ਨੀਤੀ ਦਾ ਜਿਹੜਾ ਉਦੇਸ਼ ਹੈ ਉਹ ਸਾਮਵਾਦੀ ਹਥਿਆਰਬੰਦ ਪਸਾਰ ਨੂੰ ਰੋਕਣ ਲਈ ਸੀ, ਕਿਉਂਕਿ ਅਮਰੀਕਾ ਦੀ ਇੱਕ ਡਿਕਲੇਅਰਡ ਪਾਲਿਸੀ ਸੀ ਕਿ ਅਮਰੀਕਾ ਕਿਸੇ ਵੀ ਰੂਪ ਦੇ ਵਿੱਚ ਸਾਮਵਾਦ ਦਾ ਪਸਾਰ ਨਹੀਂ ਹੋਣ ਦੇਵੇਗਾ। ਇਹ ਕੁਛ ਏਰੀਆ ਇਸ ਤਰ੍ਹਾਂ ਦਾ ਸੀ ਜਿੱਥੇ ਸਾਮਵਾਦ ਦਾ ਪਸਾਰ ਆਸਾਨੀ ਨਾਲ ਹੋ ਸਕਦਾ ਸੀ, ਛੋਟੇ ਰਾਜ ਸੀ, ਕਮਜ਼ੋਰ ਰਾਜ ਸੀ। ਇਸ ਲਈ ਅਮਰੀਕਾ ਨੇ ਆਪਣੀ ਪਾਲਿਸੀ ਬਣਾਈ ਆਈਜ਼ਨਹਾਵਰ ਸਿਧਾਂਤ ਦੇ ਤਹਿਤ ਕਿ ਇਹਨਾਂ ਰਾਜਾਂ ਨੂੰ ਪੈਸੇ ਦੀ ਜ਼ਰੂਰਤ ਹੈ, ਸੈਨਿਕ ਸਹਾਇਤਾ ਦੀ ਜ਼ਰੂਰਤ ਹੈ, ਹਰ ਤਰ੍ਹਾਂ ਦੀ ਸਹਾਇਤਾ ਅਮਰੀਕਾ ਦੇਵੇਗਾ ਸਾਮਵਾਦ ਦੇ ਪਸਾਰ ਨੂੰ ਰੋਕਣ ਲਈ। ਸੱਤਵੀਂ ਮੁੱਖ ਘਟਨਾ ਇਸ ਸਮੇਂ ਦੇ ਦੌਰਾਨ ਹੋਈ ਸੋਵੀਅਤ ਨੇਤਾ ਖੁਰਸ਼ਚੇਵ ਦੁਆਰਾ ਕੀਤੀ ਗਈ ਸ਼ਾਂਤੀ ਲਈ ਪਹਿਲ। 1957-58 ਦੇ ਵਿੱਚ ਇਹ ਪ੍ਰਧਾਨ ਮੰਤਰੀ ਬਣੇ ਖੁਰਸ਼ਚੇਵ ਸੋਵੀਅਤ ਸੰਘ ਦੇ। ਇਹਨਾਂ ਨੇ ਅੰਤਰਰਾਸ਼ਟਰੀ ਤਣਾਅ ਨੂੰ ਘੱਟ ਕਰਨ ਲਈ ਸ਼ਾਂਤੀਪੂਰਨ ਸਹਿਹੋਂਦ ਦਾ ਰਸਤਾ ਅਪਣਾਉਣ ਦਾ ਸੱਦਾ ਦਿੱਤਾ ਸਾਰੀਆਂ ਸ਼ਕਤੀਆਂ ਨੂੰ, ਪੱਛਮੀ ਰਾਜਾਂ ਨੂੰ ਵੀ। ਉਹ ਆਪ ਅਮਰੀਕਾ ਦੇ ਵਿੱਚ ਗਏ, ਅਮਰੀਕਾ ਦਾ ਦੌਰਾ ਕੀਤਾ ਤੱਕ ਇਸ ਨਾਲ ਮਾਹੌਲ ਕੁਛ ਸਿਖਾਵਾਂ ਬਣਿਆ। ਦੋਵੇਂ ਹੀ ਵੱਡੀਆਂ ਸ਼ਕਤੀਆਂ ਅਮਰੀਕਾ ਅਤੇ ਸੋਵੀਅਤ ਸੰਘ ਅਤੇ ਇਹਦੇ ਨਾਲ ਦੋ ਹੋਰ ਜਿਹੜੀਆਂ ਵੱਡੀਆਂ ਸ਼ਕਤੀਆਂ ਸੀ ਫਰਾਂਸ ਅਤੇ ਇੰਗਲੈਂਡ, ਚਾਰਾਂ ਦੇ ਵਿੱਚ ਆਪਸੀ ਏਕਤਾ ਜਿਹੜੀ ਆਪਸੀ ਨੇੜਤਾ ਬਣਨੀ ਸ਼ੁਰੂ ਹੋਈ, ਆਪਸੀ ਸੰਬੰਧਾਂ ਦੇ ਵਿੱਚ ਜਿਹੜੀ ਕੜਵਾਹਟ ਸੀ ਉਹ ਘਟਣੀ ਸ਼ੁਰੂ ਹੋਈ ਅਤੇ ਵਿਸ਼ਵ ਨੇ ਕਾਫੀ ਸਮੇਂ ਬਾਅਦ, ਲਗਭਗ ਇੱਕ ਦਹਾਕੇ ਬਾਅਦ, ਸੁੱਖ ਦਾ ਸਾਹ ਲਿਆ, ਸ਼ਾਂਤੀ ਦਾ ਸਾਹ ਲਿਆ। ਅਤੇ ਇਹਨਾਂ ਚਾਰਾਂ ਹੀ ਵੱਡੀਆਂ ਸ਼ਕਤੀਆਂ ਨੇ ਫੈਸਲਾ ਕੀਤਾ ਕਿ ਜੂਨ 1960 ਦੇ ਵਿੱਚ ਪੈਰਿਸ ਦੇ ਵਿੱਚ ਚਾਰਾਂ ਵੱਡੀਆਂ ਸ਼ਕਤੀਆਂ ਦੀ ਕਾਨਫਰੰਸ ਕੀਤੀ ਜਾਵੇਗੀ। ਪੈਰਿਸ ਸਿਖਰ ਸੰਮੇਲਨ ਬੁਲਾਉਣ ਦਾ ਫੈਸਲਾ ਕੀਤਾ ਗਿਆ ਜੂਨ 1960 ਵਿੱਚ। ਪਰੰਤੂ ਜੂਨ 1960 ਦੇ ਆਉਣ ਤੋਂ ਪਹਿਲਾਂ ਹੀ ਮਈ 1960 ਦੇ ਵਿੱਚ ਇੱਕ U2 ਨਾਮ ਦੀ ਘਟਨਾ ਵਾਪਰੀ ਜਿਸ ਨੇ ਸਾਰੇ ਮਾਹੌਲ ਨੂੰ ਫਿਰ ਤੋਂ ਖਰਾਬ ਕਰ ਦਿੱਤਾ। U2 ਇੱਕ ਅਮਰੀਕੀ ਟੋਹੀ ਜਹਾਜ਼ ਸੀ ਜਿਹੜਾ ਸੋਵੀਅਤ ਸੰਘ ਦੇ ਉੱਪਰੋਂ ਦੀ ਉਡਾਣ ਭਰ ਰਿਹਾ ਸੀ, ਸੂਹ ਲੈ ਰਿਹਾ ਸੀ, ਜਸੂਸੀ ਕਰ ਰਿਹਾ ਸੀ ਸੋਵੀਅਤ ਸੰਘ ਦੀ। ਅਤੇ 1 ਮਈ 1960 ਨੂੰ ਸੋਵੀਅਤ ਸੰਘ ਦੀਆਂ ਸੈਨਾਵਾਂ ਨੇ ਇਸ ਜਹਾਜ਼ ਨੂੰ ਹੇਠਾਂ ਗੇਰ ਲਿਆ। ਇਸ ਜਹਾਜ਼ ਦੇ ਪਾਇਲਟ ਨੂੰ ਅਰੈਸਟ ਕਰ ਲਿਆ ਗਿਆ। ਇਸ ਜਹਾਜ਼ ਦੇ ਵਿੱਚ ਜਿਹੜੇ ਉਪਕਰਨ ਲੱਗੇ ਹੋਏ ਸੀ ਅਤੇ ਪਾਇਲਟ ਤੋਂ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਉਸ ਤੋਂ ਇਹ ਸਪਸ਼ਟ ਹੋ ਗਿਆ ਕਿ ਇਹ ਕੋਈ ਮੌਸਮ ਦੇ ਪ੍ਰੋਜੈਕਟ ਨਾਲ ਸੰਬੰਧਿਤ ਜਹਾਜ਼ ਨਹੀਂ ਸੀ, ਇਹ ਸੋਵੀਅਤ ਸੰਘ ਦੇ ਟਿਕਾਣਿਆਂ ਦੀ ਜਸੂਸੀ ਕਰਨ ਲਈ ਭੇਜਿਆ ਗਿਆ ਜਹਾਜ਼ ਸੀ। ਜਦੋਂ ਇੱਕ ਪਾਸੇ ਨੇੜਤਾ ਦੀਆਂ ਗੱਲਾਂ ਹੋ ਰਹੀਆਂ ਸਨ, ਸ਼ਾਂਤੀਪੂਰਨ ਸਹਿਹੋਂਦ ਦੀਆਂ ਗੱਲਾਂ ਹੋ ਰਹੀਆਂ ਸਨ, ਉਸ ਸਮੇਂ ਅਮਰੀਕਾ ਦੁਆਰਾ USSR ਦੀ ਇਸ ਤਰ੍ਹਾਂ ਜਸੂਸੀ ਕਰਨਾ USSR ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਅਤੇ ਉਹਨਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਗੁੱਸਾ ਫੈਲ ਗਿਆ ਅਤੇ ਉਹਨਾਂ ਨੇ ਮੰਗ ਕੀਤੀ ਕਿ USA ਇਸ ਘਟਨਾ ਦੀ ਮਾਫ਼ੀ ਮੰਗੇ, ਪਰ USA ਨੇ ਇਸ ਘਟਨਾ ਦੀ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ। ਜਿਵੇਂ ਕਿ U2 ਘਟਨਾ ਤੋਂ ਬਾਅਦ ਲੱਗਦਾ ਹੀ ਸੀ ਕਿ ਪੈਰਿਸ ਸਿਖਰ ਸੰਮੇਲਨ ਦਾ ਕੋਈ ਬਹੁਤ ਵਧੀਆ ਰਿਜ਼ਲਟ ਨਹੀਂ ਆਵੇਗਾ, ਇਸ U2 ਘਟਨਾ ਦੇ ਸਾਏ ਦੇ ਵਿੱਚ ਹੀ ਪੈਰਿਸ ਸਿਖਰ ਸੰਮੇਲਨ ਹੋਇਆ। ਪਰੰਤੂ ਇੱਥੇ ਵੀ ਜਿਹੜਾ ਸੋਵੀਅਤ ਲੀਡਰ ਸੀ ਖਰੁਸ਼ਚੇਵ, ਉਸਨੇ ਮੰਗ ਕੀਤੀ ਕਿ ਅਮਰੀਕਾ ਨੇ ਸ਼ਾਂਤੀ ਦਾ ਦੌਰ ਚੱਲਦੇ ਹੋਏ ਵੀ USSR ਦੀ ਜਸੂਸੀ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ, ਇਸ ਲਈ ਅਮਰੀਕਾ ਨੂੰ ਇਸ 'ਤੇ ਮਾਫ਼ੀ ਮੰਗਣੀ ਚਾਹੀਦੀ ਹੈ। ਅਮਰੀਕਨ ਰਾਸ਼ਟਰਪਤੀ ਨੇ ਮਾਫ਼ੀ ਮੰਗਣ ਤੋਂ ਅਮਰੀਕਾ ਦੇ ਨਾਮ 'ਤੇ ਇਨਕਾਰ ਕਰ ਦਿੱਤਾ ਅਤੇ ਜਿਹੜੇ ਸੋਵੀਅਤ ਲੀਡਰਸ਼ਿਪ ਸੀ ਉਸਨੇ ਗੁੱਸੇ ਦੇ ਵਿੱਚ ਹੈਂਡਸ਼ੇਕ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਅਮਰੀਕਨ ਲੀਡਰਸ਼ਿਪ ਨਾਲ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਪੈਰਿਸ ਸਿਖਰ ਸੰਮੇਲਨ ਦੇ ਵਿੱਚੋਂ ਕਿਸੇ ਕੌਨਸੀਡਰੇਬਲ ਫੈਸਲੇ ਦਾ ਨਿਕਲਣਾ ਲਗਭਗ ਅਸੰਭਵ ਸੀ ਅਤੇ ਇਸੇ ਤਰ੍ਹਾਂ ਹੋਇਆ। ਪੈਰਿਸ ਸਿਖਰ ਸੰਮੇਲਨ ਬਿਨਾਂ ਕਿਸੇ ਚੰਗੇ ਫੈਸਲੇ ਦੇ, ਬਿਨਾਂ ਕਿਸੇ ਤਣ ਪੱਤਣ ਲੱਗੇ ਸਮਾਪਤ ਹੋ ਗਿਆ, ਪੂਰੀ ਤਰ੍ਹਾਂ ਨਾਲ ਫੇਲ ਹੋ ਗਿਆ। ਇਸ ਤੋਂ ਬਾਅਦ ਪੈਦਾ ਹੋਇਆ 1961 ਦੇ ਵਿੱਚ ਬਰਲਿਨ ਦੀਵਾਰ ਦਾ ਸੰਕਟ। ਬਰਲਿਨ ਬਾਰੇ ਅਸੀਂ ਪਹਿਲਾਂ ਪੜ੍ਹ ਕੇ ਹਟਿਆ ਕਿ ਬਰਲਿਨ ਜਰਮਨੀ ਦੀ ਰਾਜਧਾਨੀ ਸੀ। ਜਰਮਨੀ ਦੀ ਜਦੋਂ ਵੰਡ ਹੋਈ ਤਾਂ 3 ਹਿੱਸੇ ਪੱਛਮੀ ਰਾਜਾਂ ਨੂੰ ਆਏ, 1 ਹਿੱਸਾ ਸੋਵੀਅਤ ਸੰਘ ਦੇ ਹਿੱਸੇ ਵਿੱਚ ਆਇਆ। ਬਰਲਿਨ ਉਸ ਖੇਤਰ ਦੇ ਵਿੱਚ ਆਇਆ ਜਿਹੜਾ ਹਿੱਸਾ ਸੋਵੀਅਤ ਸੰਘ ਦੇ ਕੰਟਰੋਲ ਦੇ ਵਿੱਚ ਸੀ, ਪਰੰਤੂ ਬਰਲਿਨ ਦੀ ਆਪਣੀ ਵੀ ਵੰਡ ਹੋਈ ਸੀ ਵੱਖਰੇ ਤੌਰ 'ਤੇ। ਬਰਲਿਨ ਦੇ 3 ਹਿੱਸੇ ਪੱਛਮੀ ਰਾਜਾਂ ਨੂੰ ਆਏ, 1 ਹਿੱਸਾ ਸੋਵੀਅਤ ਸੰਘ ਨੂੰ ਆਇਆ। ਇਸ ਤਰ੍ਹਾਂ ਸੋਵੀਅਤ ਸੰਘ ਦੇ ਕੰਟਰੋਲ ਵਾਲੇ ਪੂਰਬੀ ਜਰਮਨੀ ਦੇ ਵਿਚਕਾਰ ਇੱਕ ਛੋਟਾ ਜਿਹਾ ਏਰੀਆ ਇਸ ਤਰ੍ਹਾਂ ਦਾ ਪੈਂਦਾ ਸੀ ਜਿਹੜਾ ਕਿ ਪੱਛਮੀ ਰਾਜਾਂ ਦੇ ਕੰਟਰੋਲ ਦੇ ਵਿੱਚ ਸੀ, ਜਿਸ ਨੂੰ ਪੱਛਮੀ ਬਰਲਿਨ ਕਿਹਾ ਜਾਂਦਾ ਹੈ। 1961 ਦੇ ਵਿੱਚ ਸੋਵੀਅਤ ਸੰਘ ਨੇ ਬਰਲਿਨ ਦੇ ਵਿੱਚ ਦੀਵਾਰ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਬਰਲਿਨ, ਕਿਉਂਕਿ ਕੁਛ ਹਿੱਸਾ ਪੂਰਬੀ ਰਾਜਾਂ ਦੇ ਸੋਵੀਅਤ ਸੰਘ ਦੇ ਕੰਟਰੋਲ ਦੇ ਵਿੱਚ ਸੀ, ਕੁਛ ਹਿੱਸਾ ਪੱਛਮੀ ਰਾਜਾਂ ਦੇ। ਸੋਵੀਅਤ ਸੰਘ ਨੇ ਪੱਛਮੀ ਰਾਜਾਂ ਵਾਲੇ ਬਰਲਿਨ ਨੂੰ ਵੱਖਰਾ ਕਰਨ ਲਈ ਦੀਵਾਰ ਦੀ ਚਿਣਾਈ ਸ਼ੁਰੂ ਕਰਵਾ ਦਿੱਤੀ। ਇਹ ਦੀਵਾਰ ਆ ਜਿਹੜੀ, ਇਸ ਨੇ ਪੱਛਮੀ ਬਰਲਿਨ ਅਤੇ ਪੂਰਬੀ ਜਰਮਨ ਨੂੰ ਬਿਲਕੁਲ ਵੱਖਰਾ ਕਰ ਦਿੱਤਾ ਇੱਕ ਦੂਜੇ ਤੋਂ। ਲੋਕਾਂ ਦਾ ਇੱਕ ਦੂਸਰੇ ਪਾਸੇ ਆਉਣਾ ਅਸੰਭਵ ਹੋ ਗਿਆ ਅਤੇ ਦੋਵੇਂ ਮਹਾਂਸ਼ਕਤੀਆਂ ਨੇ ਆਪਣੇ ਟੈਂਕ ਇੱਕ ਦੂਸਰੇ ਦੇ ਸਾਹਮਣੇ ਖੜ੍ਹੇ ਕਰ ਦਿੱਤੇ ਇਸ ਬਰਲਿਨ ਦੀ ਦੀਵਾਰ ਦੀ ਚਿਣਾਈ ਸਮੇਂ, ਅਤੇ ਵਿਸ਼ਵ ਨੂੰ
ਇਹ ਲੱਗਿਆ ਕਿ ਕਿਸੇ ਵੀ ਸਮੇਂ ਜਿਹੜਾ ਸ਼ੀਤ ਯੁੱਧ ਹੈ ਉਹ ਐਕਚੁਅਲ ਯੁੱਧ ਦੇ ਵਿੱਚ ਵਾਸਤਵ ਯੁੱਧ ਦੇ ਵਿੱਚ ਬਦਲ ਸਕਦਾ ਹੈ, ਪਰੰਤੂ ਕਿਸੇ ਨੇ ਵੀ ਹਮਲਾ ਕਰਨ ਦੀ ਪਹਿਲ ਨਹੀਂ ਕੀਤੀ। ਇਹ ਦੀਵਾਰ ਕੰਪਲੀਟ ਕੀਤੀ ਗਈ, ਪਰੰਤੂ ਦੀਵਾਰ ਦੇ ਨਾਲ ਆਉਣ ਵਾਲਾ ਸੰਕਟ ਸੀ ਜਿਹੜਾ ਸ਼ੀਤ ਯੁੱਧ ਦਾ ਅਸਲ ਯੁੱਧ ਦੇ ਵਿੱਚ ਬਦਲਣਾ, ਪ੍ਰੈਕਟੀਕਲ ਯੁੱਧ ਦੇ ਵਿੱਚ ਬਦਲਣਾ, ਉਹ ਕਿਸੇ ਨਾ ਕਿਸੇ ਤਰੀਕੇ ਇਸ ਸਮੇਂ ਦੌਰਾਨ ਟਲ ਗਿਆ। 11ਵੀਂ ਮੁੱਖ ਘਟਨਾ ਇਸ ਕਾਲ ਦੀ ਰਹੀ ਹੈ ਕਿਊਬਨ ਮਿਜ਼ਾਈਲ ਸੰਕਟ। ਕਿਊਬਾ ਇੱਕ ਛੋਟਾ ਜਿਹਾ ਕੰਟਰੀ ਹੈ ਜਿਹੜਾ ਭੂਗੋਲਿਕ ਤੌਰ 'ਤੇ ਅਮਰੀਕਾ ਦੇ ਬਿਲਕੁਲ ਨੇੜੇ ਲੱਗਦਾ ਹੈ। ਅਮਰੀਕਾ ਤੋਂ ਜਿਹੜਾ ਇਹਦਾ ਡਿਸਟੈਂਸ ਹੈ ਉਹ ਕੇਵਲ 90 ਮੀਲ ਹੈ। ਇਸ ਤਰ੍ਹਾਂ ਭੂਗੋਲਿਕ ਤੌਰ 'ਤੇ ਕਿਊਬਾ ਅਮਰੀਕਾ ਦੇ ਨੇੜੇ ਲੱਗਦਾ ਹੈ, ਪਰ ਵਿਚਾਰਧਾਰਾ ਦੇ ਤੌਰ 'ਤੇ ਕਿਊਬਾ USSR ਦੇ ਨੇੜੇ ਸੀ, ਕਿਉਂਕਿ ਕਿਊਬਾ ਇੱਕ ਕਮਿਊਨਿਸਟ ਕੰਟਰੀ ਸੀ। ਕਿਊਬਾ ਨੇ ਮੰਗ ਕੀਤੀ ਕਿ ਇੱਥੇ ਪਰਮਾਣੂ ਮਿਜ਼ਾਈਲਾਂ ਫਿੱਟ ਕੀਤੀਆਂ ਜਾਣ ਜਿਹੜੀਆਂ ਕਿ ਸੋਵੀਅਤ ਸੰਘ ਕੋਲ ਸੀ। ਸੋਵੀਅਤ ਸੰਘ ਨੇ ਮਿਜ਼ਾਈਲਾਂ ਭੇਜੀਆਂ ਆਪਣੇ ਸ਼ਿਪਸ ਦੇ ਰਾਹੀਂ, ਪਰ ਅਮਰੀਕਾ ਨੂੰ ਲੱਗਿਆ ਕਿ ਜੇ ਬਿਲਕੁਲ ਸਾਡੇ ਸਿਰਹਾਣੇ ਇਸ ਤਰ੍ਹਾਂ ਪਰਮਾਣੂ ਮਿਜ਼ਾਈਲਾਂ ਫਿੱਟ ਕੀਤੀਆਂ ਜਾਣਗੀਆਂ ਤਾਂ ਕਦੇ ਵੀ ਸਾਨੂੰ ਪਰਮਾਣੂ ਹਮਲੇ ਦਾ ਨਿਸ਼ਾਨਾ ਬੜੀ ਆਸਾਨੀ ਨਾਲ ਬਣਾਇਆ ਜਾ ਸਕਦਾ। ਇਸ ਲਈ ਅਮਰੀਕਾ ਨੇ ਜਿਹੜੇ ਇਹ ਪਰਮਾਣੂ ਮਿਜ਼ਾਈਲਾਂ ਦੀ ਤਾਇਨਾਤੀ ਸੀ ਇਸ ਦਾ ਬਹੁਤ ਵਿਰੋਧ ਕੀਤਾ। ਜਿਹੜੇ ਜਹਾਜ਼, ਸਮੁੰਦਰੀ ਜਹਾਜ਼ ਪਰਮਾਣੂ ਮਿਜ਼ਾਈਲਾਂ ਲੈ ਕੇ ਆ ਰਹੇ ਸੀ ਉਹਨਾਂ ਦੀ ਘੇਰਾਬੰਦੀ ਕੀਤੀ USA ਨੇ, ਅਤੇ ਕਿਊਬਾ ਦੀ ਘੇਰਾਬੰਦੀ ਵੀ ਕਰ ਦਿੱਤੀ ਤਾਂ ਕਿ ਉੱਥੇ ਪਰਮਾਣੂ ਮਿਜ਼ਾਈਲਾਂ ਵਾਲੇ ਜਹਾਜ਼ ਦਾਖਲ ਨਾ ਹੋ ਸਕਣ। ਫਿਰ ਇੱਕ ਵਾਰੀ ਲੱਗਿਆ ਕਿ ਜਿਹੜਾ ਇਹ ਸ਼ੀਤ ਯੁੱਧ ਆ ਇਹ ਆਪਣੇ ਆਪ ਨੂੰ ਪੂਰੀ ਫੁੱਲ ਫਲੈਜਡ ਵਾਰ ਦੇ ਰੂਪ ਦੇ ਵਿੱਚ ਬਦਲੇਗਾ, USSR ਅਤੇ USA ਦੇ ਵਿੱਚ ਸਿੱਧੀ ਜੰਗ ਸ਼ੁਰੂ ਹੋਵੇਗੀ। ਪਰੰਤੂ ਸਮੇਂ ਦੀ ਨਜਾਕਤ ਨੂੰ ਦੇਖਦੇ ਹੋਏ USSR ਨੇ ਜਿਹੜੇ ਆਪਣੇ ਸ਼ਿਪਸ ਸੀ ਉਹ ਵਾਪਸ ਕਰ ਲਏ ਅਤੇ ਕਿਊਬਾ ਦੇ ਵਿੱਚ ਮਿਜ਼ਾਈਲਾਂ ਫਿੱਟ ਕਰਨ ਦਾ ਆਪਣਾ ਫੈਸਲਾ ਵਾਪਸ ਲੈ ਲਿਆ, ਮਿਜ਼ਾਈਲਾਂ ਤਾਇਨਾਤ ਕਰਨ ਦਾ ਫੈਸਲਾ ਵਾਪਸ ਲੈ ਲਿਆ। ਇਸ ਤਰ੍ਹਾਂ ਕਿਊਬਨ ਮਿਜ਼ਾਈਲ ਸੰਕਟ ਜਿਹੜਾ ਕਿ ਇੱਕ ਵਾਰੀ ਦੁਨੀਆ ਨੂੰ ਪ੍ਰੈਕਟੀਕਲ ਯੁੱਧ, ਅਸਲ ਯੁੱਧ ਦੇ ਵਿੱਚ ਧੱਕਣ ਲੱਗਿਆ ਸੀ, ਉਹ ਸਮਾਂ ਪਾ ਕੇ ਆਪਣੇ ਆਪ USSR ਦੀ ਅਸੀਂ ਕਹਿ ਸਕਦੇ ਹਾਂ ਦੂਰ ਦ੍ਰਿਸ਼ਟੀ ਦੇ ਨਾਲ ਟਲ ਗਿਆ। ਇਸ ਸਮੇਂ ਦੌਰਾਨ ਕੇਵਲ ਟੈਨਸ਼ਨਸ ਹੀ ਨਹੀਂ ਰਹੀਆਂ, ਤਣਾਅ ਹੀ ਨਹੀਂ ਰਿਹਾ, ਟੈਨਸ਼ਨ ਨੂੰ ਘਟਾਉਣ ਲਈ ਕੁਛ ਸਟੈਪ ਵੀ ਚੁੱਕੇ ਗਏ, ਕਿਉਂਕਿ ਕੁਛ ਘਟਨਾਵਾਂ ਇਸ ਤਰ੍ਹਾਂ ਦੀਆਂ ਹੋਈਆਂ ਜਿਵੇਂ ਬਰਲਿਨ ਦੀ ਦੀਵਾਰ ਦਾ ਚਿਣਿਆ ਜਾਣਾ, ਕਿਊਬਾ ਦੇ ਵਿੱਚ ਮਿਜ਼ਾਈਲਾਂ ਦਾ ਤਾਇਨਾਤ ਕੀਤੇ ਜਾਣ ਦਾ ਫੈਸਲਾ USSR ਦਾ, ਜਿਹਦੇ ਨਾਲ ਜਿਹੜਾ ਸ਼ੀਤ ਯੁੱਧ ਹੈ ਉਹ ਇੱਕ ਅਸਲ ਯੁੱਧ ਦੇ ਵਿੱਚ ਬਦਲਦਾ ਮਸਾਂ ਬਚਿਆ ਸੀ। ਇਸ ਲਈ ਦੋਹਾਂ ਰਾਜਾਂ ਨੂੰ ਇਹ ਲੱਗਿਆ ਕਿ ਕਦੇ ਵੀ ਸਾਡਾ ਜੇ ਅਸਲ ਰੂਪ ਦੇ ਵਿੱਚ ਯੁੱਧ ਹੁੰਦਾ, ਬੇਸ਼ੱਕ ਸਾਡੇ ਕੋਲ ਇੱਕ ਦੂਸਰੇ ਨੂੰ ਖਤਮ ਕਰਨ ਲਈ ਬਹੁਤ ਹਥਿਆਰ ਨੇ, ਪਰ ਇੱਕ ਦੂਸਰੇ ਤੋਂ ਆਪਣਾ ਬਚਾਅ ਕਰਨ ਲਈ ਸਾਡੇ ਕੋਲ ਸਾਧਨ ਨਹੀਂ ਹਨ। ਇਸ ਲਈ ਕੋਈ ਵੀ ਜਿਹੜਾ, ਚਾਹੇ ਦੋਵੇਂ ਵੱਡੀਆਂ ਪਾਵਰਾਂ ਸੀ, ਪਰੰਤੂ ਦੋਵਾਂ ਦੇ ਵਿੱਚੋਂ ਕੋਈ ਵੀ ਪਾਵਰ ਹੈ ਜਿਹੜੀ ਉਹ ਅਸਲ ਯੁੱਧ ਨੂੰ ਬਰਦਾਸ਼ਤ ਕਰਨ ਦੀ ਕਪੈਸਿਟੀ ਦੇ ਵਿੱਚ ਨਹੀਂ ਸੀ। ਇਸ ਲਈ ਇਸ ਸਮੇਂ ਦੇ ਦੌਰਾਨ ਤਣਾਅ ਨੂੰ ਘੱਟ ਕਰਨ ਲਈ ਵੀ ਕੁਛ ਸਟੈਪ ਚੁੱਕੇ ਗਏ। ਇਹਨਾਂ ਦੇ ਵਿੱਚੋਂ ਮੁੱਖ ਸਟੈਪਸ ਹਨ, ਅਮਰੀਕਾ ਅਤੇ ਸੋਵੀਅਤ ਸੰਘ ਦੀਆਂ ਰਾਜਧਾਨੀਆਂ ਦੇ ਵਿੱਚ ਸਿੱਧੀ ਸੰਪਰਕ ਲਾਈਨ, ਹੌਟਲਾਈਨ ਸਥਾਪਿਤ ਕੀਤੀ ਗਈ। ਇਹਨੇ August 1963 ਵਿੱਚ ਕੰਮ ਸ਼ੁਰੂ ਕੀਤਾ। ਇਸ ਹੌਟਲਾਈਨ ਰਾਹੀਂ ਲਿਖਤੀ ਸੰਦੇਸ਼ ਭੇਜੇ ਜਾ ਸਕਦੇ ਸੀ। ਕੋਈ ਦੁਰਘਟਨਾਵਸ ਜਾਂ ਕੋਈ ਐਕਸੀਡੈਂਟਲ ਵਾਰ ਨਾ ਛਿੜ ਜਾਵੇ ਦੋਹਾਂ ਦੇ ਵਿੱਚ, ਕਿਤੇ ਕੋਈ ਕਮਿਊਨੀਕੇਸ਼ਨ ਗੈਪ ਨਾ ਰਹੇ, ਇਸ ਲਈ ਇਹ ਜਿਹੜੀ ਹੌਟਲਾਈਨ ਸੀ ਉਹ ਬਹੁਤ ਮਹੱਤਵਪੂਰਨ ਬਣੀ ਰਹੀ ਆਉਣ ਵਾਲੇ ਸਮੇਂ ਵਿੱਚ। 5 ਅਗਸਤ 1963 ਨੂੰ ਅਮਰੀਕਾ, ਬ੍ਰਿਟੇਨ ਅਤੇ ਸੋਵੀਅਤ ਸੰਘ ਦੇ ਵਿਚਕਾਰ ਮਾਸਕੋ ਆਂਸ਼ਿਕ ਪਰਮਾਣੂ ਪ੍ਰੀਖਣ ਰੋਕ ਸੰਧੀ, ਪਾਰਸ਼ੀਅਲ ਟੈਸਟ ਬੈਨ ਟ੍ਰੀਟੀ ਹੋਈ। ਇਸ ਨੂੰ ਪਾਰਸ਼ੀਅਲ ਇਸ ਕਰਕੇ ਕਿਹਾ ਜਾਂਦਾ ਕਿ ਇਸ ਨੇ ਸਾਰੇ ਪਰਮਾਣੂ ਪ੍ਰੀਖਣਾਂ 'ਤੇ ਰੋਕ ਨਹੀਂ ਲਾਈ, ਪਰੰਤੂ ਸਿੱਧੀ ਖੁੱਲ੍ਹੀ ਹਵਾ ਦੇ ਵਿੱਚ ਪਰਮਾਣੂ ਪ੍ਰੀਖਣ ਕਰਨ 'ਤੇ ਰੋਕ ਲਗਾ ਦਿੱਤੀ। ਇਸ ਨਾਲ ਜਿੱਥੇ ਵਾਤਾਵਰਨ ਨੂੰ ਥੋੜ੍ਹਾ ਜਿਹਾ ਸ਼ਾਂਤੀ ਮਿਲੀ, ਸਿਕਿਉਰਿਟੀ ਮਿਲੀ, ਉੱਥੇ ਹੀ ਜਿਹੜੀ ਹਥਿਆਰਾਂ ਦੀ, ਵਿਸ਼ੇਸ਼ ਕਰਕੇ ਪਰਮਾਣੂ ਹਥਿਆਰਾਂ ਦੀ ਅੰਨ੍ਹੀ ਦੌੜ ਸੀ ਉਹਦੇ ਵਿੱਚ ਵੀ ਥੋੜ੍ਹਾ ਜਿਹਾ ਰੁਕਾਵਟ ਪਈ। ਇਹਨਾਂ ਸਾਰੀਆਂ ਘਟਨਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ 'ਤੇ ਪਹੁੰਚ ਸਕਦੇ ਹਾਂ ਕਿ 1953 ਤੋਂ 1963 ਤੱਕ ਦਾ ਦੌਰ ਹੈ ਜਿਹੜਾ, ਇਹਦੇ ਵਿੱਚ ਕਈ ਉਤਰਾਅ ਚੜ੍ਹਾਅ ਆਏ, ਕਈ ਵਾਰੀ ਸ਼ਾਂਤੀ ਦੀਆਂ ਗੱਲਾਂ ਚੱਲੀਆਂ, ਕਈ ਵਾਰੀ ਦੋਵੇਂ ਜਿਹੜੀਆਂ ਵੱਡੀਆਂ ਪਾਵਰਾਂ ਨੇ ਇੱਕ ਦੂਸਰੇ ਦੇ ਵਿਰੁੱਧ ਸਾਹਮਣੇ ਪ੍ਰਤੱਖ ਤੌਰ 'ਤੇ ਖੜੀਆਂ ਹੋਈਆਂ, ਪਰੰਤੂ ਦੋਹਾਂ ਮਹਾਂਸ਼ਕਤੀਆਂ ਨੇ ਇਸ ਸਮੇਂ ਤੱਕ ਇਸ ਗੱਲ ਨੂੰ ਚੰਗੀ ਤਰ੍ਹਾਂ ਭਾਂਪ ਲਿਆ ਸੀ ਕਿ ਅਸੀਂ ਇੱਕ ਦੂਸਰੇ ਨੂੰ ਤਬਾਹ ਕਰ ਸਕਦੇ ਹਾਂ, ਪਰ ਇੱਕ ਦੂਸਰੇ ਤੋਂ ਆਪਣਾ ਬਚਾਅ ਨਹੀਂ ਕਰ ਸਕਦੇ, ਕਿਉਂਕਿ ਦੋਹਾਂ ਦੀ ਜਿਹੜੀ ਮਾਰੂ ਸਮਰੱਥਾ ਸੀ ਉਹ ਬਹੁਤ ਜ਼ਿਆਦਾ ਹੋ ਚੁੱਕੀ ਸੀ। ਇਸ ਲਈ ਬੇਸ਼ੱਕ ਕਈ ਵਾਰੀ ਇਸ ਤਰ੍ਹਾਂ ਦੇ ਹਾਲਾਤ ਬਣੇ ਕਿ ਸ਼ੀਤ ਯੁੱਧ ਆਪਣੇ ਆਪ ਨੂੰ ਪ੍ਰਤੱਖ ਯੁੱਧ ਦੇ ਵਿੱਚ ਬਦਲੇਗਾ, ਪਰੰਤੂ ਸਮੇਂ ਦੀ ਨਿਜਾਕਤ ਨੂੰ ਦੇਖਦੇ ਹੋਏ ਦੋਹਾਂ ਮਹਾਂਸ਼ਕਤੀਆਂ ਨੇ ਸਮੇਂ-ਸਮੇਂ 'ਤੇ ਟਾਲਾ ਵੀ ਵੱਟਿਆ। ਇਸ ਲਈ ਜਿਹੜਾ ਸ਼ੀਤ ਯੁੱਧ ਹੈ ਉਹ ਸ਼ੀਤ ਹੀ ਬਣਿਆ ਰਿਹਾ, ਅਸਲ ਯੁੱਧ ਦੇ ਰੂਪ ਦੇ ਵਿੱਚ ਬਦਲਣ ਤੋਂ ਦੁਨੀਆ ਦਾ ਬਚਾਅ ਰਿਹਾ, ਦੋਹਾਂ ਮਹਾਂਸ਼ਕਤੀਆਂ ਦਾ ਵੀ ਬਚਾਅ ਰਿਹਾ।
ਤੇ ਹੋਰ ਕੋਈ ਇਸ ਸਮੇਂ ਦੌਰਾਨ ਇਸ ਤਰ੍ਹਾਂ ਦੀ ਘਟ ਵੱਡੀ ਘਟਨਾ ਨਹੀਂ ਵਾਪਰੀ ਜਿਹਦੇ ਨਾਲ ਵਿਸ਼ਵ ਦੇ ਵਿੱਚ ਸ਼ਾਂਤੀ ਬਹੁਤ ਬੁਰੀ ਤਰ੍ਹਾਂ ਭੰਗ ਹੋਈ ਹੋਵੇ। ਜੇ ਇੱਕ ਵਾਰੀ ਇਸ ਤਰ੍ਹਾਂ ਦੇ ਹਾਲਾਤ ਬਣੇ ਸੁਏਜ ਕਨਾਲ ਸੰਕਟ ਦੇ ਦੌਰਾਨ ਤਾਂ ਦੋਹੇ ਮਹਾਂਸ਼ਕਤੀਆਂ ਉਸ ਵਿਸ਼ੇ 'ਤੇ ਇਕੱਠੀਆਂ ਵੀ ਹੋਈਆਂ। ਇਹ ਇਸ ਸਮੇਂ ਦੀਆਂ 1953 ਤੋਂ ਲੈ ਕੇ 1963 ਤੱਕ ਦੀਆਂ ਮੁੱਖ ਘਟਨਾਵਾਂ ਹਨ ਸ਼ੀਤ ਯੁੱਧ ਨਾਲ ਸੰਬੰਧਿਤ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।